ਰੂਪਨਗਰ ਪੁਲਿਸ ਵੱਲੋਂ ਬੀਤੇ ਦਿਨ ਭਾਰੀ ਅਸਲੇ ਸਮੇਤ ਗ੍ਰਿਫਤਾਰ ਕੀਤੇ ਗਏ 5 ਆਰੋਪੀਆਂ ਦੀ ਨਿਸ਼ਾਨਦੇਹੀ ਤੇ ਏ ਕੈਟਾਗਰੀ ਦੇ ਗੈਂਗਸਟਰ ਤੇਜਿੰਦਰ ਸਿੰਘ ਉਰਫ ਤੇਜਾ ਨੂੰ ਗ੍ਰਿਫਤਾਰ ਕਰਕੇ 5 ਰਿਵਾਲਵਰ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਵੱਲੋਂ ਗੈਂਗਸਟਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਉਕਤ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋ ਗੈਂਗ ਗਰੁੱਪ ਨਾਲ ਸੰਬੰਧਿਤ ਹੈ। ਪੂਰੇ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ SSP ਰੂਪਨਗਰ ਅਖਿਲ ਚੌਧਰੀ ਨੇ ਦੱਸਿਆ ਕਿ ਰੂਪਨਗਰ ਪੁਲਿਸ ਵੱਲੋਂ ਬੀਤੇ ਦਿਨੀ ਅਸਲੇ ਸਮੇਤ ਜਿਹੜੇ 5 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਉਹਨਾਂ ਦੀ ਨਿਸ਼ਾਨਦੇਹੀ ਤੇ ਗੈਂਗਸਟਰ ਤੇਜਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਦੇ ਖਿਲਾਫ 24 ਸੰਗੀਨ ਜੁਰਮਾਂ ਦੇ ਮੁਕੱਦਮੇ ਦਰਜ ਹਨ। ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਆਸਟ੍ਰੇਲੀਆ ਵਿੱਚ ਰਹਿ ਰਹੇ ਹਰਜੀਤ ਸਿੰਘ ਉਰਫ ਹਨੀ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ, ਜੋ ਹਥਿਆਰ ਖਰੀਦਣ ਲਈ ਪੈਸੇ ਭੇਜਦਾ ਸੀ। ਕਿਸ ਕੰਮ ਲਈ ਮੰਗਵਾਇਆ ਸੀ, ਕੀ ਇਹਨੇ ਕਰਨਾ ਸੀ ਤੇ ਕਿਹੜੇ ਗੈਂਗ ਦੇ ਨਾਲ ਇਹ ਰਿਲੇਟਡ ਹੈਗਾ ਜੀ? ਇਹ ਇਹਨਾਂ ਦਾ ਪਰਸਨਲ ਰਿਵੈਂਜ ਤੇ ਐਕਸਟੋਰਸ਼ਨ ਦਾ ਐਂਗਲ ਸਾਹਮਣੇ ਆਉਂਦਾ ਹੈ ਪ੍ਰਾਈਮਰੀਲੀ, ਤੇ ਇਹ ਦੋ ਜੋ ਗੈਂਗਸ ਨੇ ਉਹਨਾਂ ਦੇ ਐਸੋਸੀਏਟਿਡ ਜੋ ਇਹਨਾਂ ਦੀ ਸੈਂਸ ਆਫ ਰਿਵੈਂਜਮੈਂਟ ਕਰਕੇ ਕਿਸੇ ਦੇ ਨਾਲ ਐਕਸ਼ਨ ਦੀ ਗੱਲ ਸੀ। ਪਲੱਸ ਇੱਕ ਗੱਲ ਹੋਰ ਵੀ ਸਾਹਮਣੇ ਆਈ ਹੈ, ਕੋਈ ਪਰਸਨਲ ਪਹਿਲਾਂ ਵੀ ਇਹਨਾਂ 'ਚ ਕਿਸੇ ਦੀ ਫਾਇਰਿੰਗ ਹੋਈ ਸੀ, ਇਸ ਕਰਕੇ ਪ੍ਰਾਈਮਰੀਲੀ ਇੰਟਰ ਗੈਂਗ ਰਾਈਵਲਰੀ ਤੁਸੀਂ ਮੰਨ ਸਕਦੇ। ਸਰ, ਇਹ ਜਿਹੜੀਆਂ ਪਿਛਲੇ ਦਿਨੀ ਪੰਜਾਬ ਦੇ ਵਿੱਚ ਵੱਡੀਆਂ ਵਾਰਦਾਤਾਂ ਹੋਈਆਂ, ਉਹਨਾਂ ਦੇ ਨਾਲ ਵੀ ਕਿਤੇ ਨਾ ਕਿਤੇ ਇਹਨਾਂ ਵੈਪਨ ਦਾ ਜਿਹੜਾ ਜਾਂ ਇਹਨਾਂ ਲੋਕਾਂ ਦਾ ਸੰਬੰਧ ਕਿਤੇ ਜੁੜਦਾ ਜੀ? ਐਸ ਆਫ ਨਾਓ ਨਥਿੰਗ ਕੈਨ ਨਾਟ ਬੀ ਰੂਲਡ ਆਊਟ। ਇਨਵੈਸਟੀਗੇਸ਼ਨ ਇਜ਼ ਸਟਿਲ ਓਪਨ। ਜਿਵੇਂ ਵੀ ਤਫਤੀਸ਼ 'ਤੇ ਕੋਈ ਹੋਰ ਗੱਲ, ਕੋਈ ਹੋਰ ਬੰਦਾ, ਕੋਈ ਹੋਰ ਐਂਗਲ ਆਊਗਾ, ਵਿਲ ਫੋਲੋ ਇਟ ਅਪ। ਰੂਪਨਗਰ ਤੋਂ ਜਤਿੰਦਰਪਾਲ ਸਿੰਘ ਕਲੇਰ ਦੀ ਰਿਪੋਰਟ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਰੋਹਿਤ ਗੁਪਤਾ, ਪੀਟੀਸ਼ਾ ਸ਼ਕੀਰ ਤੋਂ। ਅੱਜ ਅਸੀਂ UK ਦਾ ਇੱਕ ਹੋਰ ਵੀਜ਼ਾ ਦਿੱਤਾ ਵਾ, ਸਰਵਿਸ ਵੈਰੀ ਯੋਧਾ। ਮੇਰੇ ਫਰੈਂਡ ਨੇ ਰਿਕਮੈਂਡ ਕੀਤਾ ਸੀ ਤੂੰ ਫਾਈਲ ਇੱਥੋਂ ਕਿਤੇ ਰਜਿਸਟਰੇਸ਼ਨ ਲਵਾਓ, ਤੇ ਅੱਜ ਮੇਰਾ ਵੀਜ਼ਾ ਆਇਆ। ਆਈ ਐਮ ਵੈਰੀ ਹੈਪੀ ਐਂਡ ਮਾਈ ਪੇਰੈਂਟਸ ਆਰ ਆਲਸੋ ਹੈਪੀ। ਅਸੀਂ ਇਸ ਪਾਸ ਵੀਜ਼ਾ ਦੇ ਨਾਲ ਜਾ ਕੇ UK ਸਟੱਡੀ ਕੰਟੀਨਿਊ ਕਰਨ ਕੀ ਬਹੁਤ ਖੁਸ਼ ਹਾਂ, ਤੇ ਅਸੀਂ ਤੁਹਾਡਾ ਦਿਲੋਂ ਧੰਨਵਾਦ ਕਰਦੇ ਹਾਂ। ਜੇ ਤੁਸੀਂ ਵੀ ਸਟੱਡੀ ਵੀਜ਼ਾ ਇਸ ਵੀਜ਼ਾ ਸਪਾਸ ਦੇ ਨਾਲ UK ਜਾਣਾ ਚਾਹੁੰਦੇ ਹੋ, ਤਾਂ ਇੱਕ ਵਾਰ ਬ੍ਰਿਟਿਸ਼ ਐਜੂਕੇਅਰ ਜ਼ਰੂਰ ਵਿਜ਼ਿਟ ਕਰਿਓ। ਥੈਂਕ ਯੂ। ਮੈਨੂੰ ਬਹੁਤ ਹੀ, ਮੈਂ ਥੈਂਕਫੁਲ ਹਾਂ ਬ੍ਰਿਟਿਸ਼ ਐਜੂਕੇਅਰ 'ਤੇ ਕਿ ਮੈਨੂੰ ਮੇਰਾ ਵੀਜ਼ਾ ਵਿਦ ਇਨ 5 ਡੇਜ਼ ਮਿਲਿਆ। ਮੈਨੂੰ ਇਹਨਾਂ ਦੀਆਂ ਸਰਵਿਸ ਬਹੁਤ ਵਧੀਆ ਲੱਗੀਆਂ। ਮੇਰੀ ਸਾਰੀ ਪੇਮੈਂਟ ਆਫਟਰ ਵੀਜ਼ਾ ਸੀਗੀ, ਮੈਨੂੰ ਕੋਈ ਵੀ ਇੱਥੇ ਆਪਣੀ ਵੀਜ਼ਾ ਦੀ ਕੋਈ ਪ੍ਰੋਬਲਮ ਨਹੀਂ। ਬੜੀ ਖੁਸ਼ੀ ਵਾਲੀ ਗੱਲ ਆ, ਪ੍ਰਭੂ ਕਿਰਪਾ ਨਾਲ ਅੱਜ ਅਸੀਂ UK ਦੇ 12 ਵੀਜ਼ੇ ਲੱਤੇ ਗਏ। ਫਸਟ ਆਫ ਆਲ ਤਾਂ ਮੈਂ ਸਭ ਨੂੰ ਕੰਗਰੈਸ ਕਰਨਾ ਚਾਹੂੰਗਾ। ਆਫਟਰ ਲੋਕਡਾਊਨ ਹੁਣ ਤੱਕ ਅਸੀਂ 72 UK ਸਟੂਡੈਂਟ ਵੀਜ਼ਾ ਲੈ ਚੁੱਕੇ ਨੇ। ਸਾਡਾ ਸਕਸੈਸ ਰੇਟ 100% ਆ। ਜੇਕਰ ਤੁਸੀਂ ਆਪਣੇ ਸਪਾਊਸ ਅਤੇ ਆਪਣੇ ਬੱਚੇ ਨਾਲ ਆਪਣਾ ਫਿਊਚਰ UK ਵੀ ਦੇਖ ਰਹੇ ਹੋ ਅਤੇ ਆਪਣੇ ਡਾਕੂਮੈਂਟਸ ਲੈ ਕੇ ਤੁਸੀਂ ਸਾਡੇ ਔਫਿਸ ਵਿਜਿਟ ਕਰ ਸਕਦੇ।